ਜੰਜ ਚੜਦਾ ਲਾੜਾ ਜੋ ਸਿਰ ਤੇ ਫੱਬ ਦੇ ਖੂਬ ਦਮਾਲੇ, ਪੁੱਤ ਤੇਰੇ ਸੈਪੁਰੇ ਸੋਹਣੇ ਗੋਲ ਦਮਾਲਿਆਂ ਵਾਲੇ। ਮਾਂ ਤੈਨੂੰ ਆਖਣਗੇ ਮਾਵਾਂ ਵਾਂਗੂ ਲਾਡ ਲਡਾ ਲੈ, ਇਹ ਖਾਨ ਹੀਰਿਆਂ ਦੀ ਗੁੰਜ ਕੇ ਹਾਰ ਗਲੇ ਵਿੱਚ ਪਾ ਲੈ। ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਸ਼ਹੀਦੀ ਜੋੜ ਮੇਲ 'ਤੇ ਲੱਖਾਂ ਦੀ ਤਾਦਾਦ 'ਚ ਸੰਗਤ ਪਹੁੰਚ ਰਹੀ ਹੈ। ਇਹ ਸੰਗਤ ਦਸਮ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਨਤਮਸਤਕ ਹੋਣ ਲਈ ਪਹੁੰਚੀ ਹੈ। ਹਰ ਕੋਈ ਗੁਰੂ ਸਾਹਿਬਾਨ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਰਧਾਂਜਲੀ ਦੇ ਰਿਹਾ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਸਕੂਲੀ ਸਿੱਖ ਬੱਚਾ ਛੋਟੇ ਸਾਹਿਬਜ਼ਾਦਿਆਂ ਦੀ ਉਸਤਤ ਕਰਦਾ ਮਿੱਠਾ ਸ਼ਬਦ ਸੁਣਾ ਰਿਹਾ। ਦੱਸ ਦਈਏ ਕਿ ਇਸ ਬੱਚੇ ਦੀ ਇਹ ਵੀਡੀਓ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤੀ ਹੈ। ਜਗਤੇ ਸ਼ਾਨ ਨਿਰਾਲੀ, ਦੋਵੇਂ ਆਵੀ ਮਾਵਾਂ ਤੋਂ ਤੇਰੀ ਜਗਤੇ ਸ਼ਾਨ ਨਿਰਾਲੀ। ਜੰਜ ਚੜਦਾ ਲਾੜਾ ਜੋ ਸਿਰ ਤੇ ਫੱਬ ਦੇ ਖੂਬ ਦਮਾਲੇ, ਪੁੱਤ ਤੇਰੇ ਸੈਪੁਰੇ ਸੋਹਣੇ ਗੋਲ ਦਮਾਲਿਆਂ ਵਾਲੇ, ਪੁੱਤ ਤੇਰੇ ਸੈਪੁਰੇ ਸੋਹਣੇ ਗੋਲ ਦਮਾਲਿਆਂ ਵਾਲੇ। ਮਾਂ ਤੈਨੂੰ ਆਖਣਗੇ ਮਾਂ ਤੈਨੂੰ ਆਖਣਗੇ ਮਾਵਾਂ ਵਾਂਗੂ ਲਾਡ ਲਡਾ ਲੈ, ਇਹ ਖਾਨ ਹੀਰਿਆਂ ਦੀ ਗੁੰਜ ਕੇ ਹਾਰ ਗਲੇ ਵਿੱਚ ਪਾ ਲੈ, ਇਹ ਖਾਨ ਹੀਰਿਆਂ ਦੀ ਗੁੰਜ ਕੇ ਹਾਰ ਗਲੇ ਵਿੱਚ ਪਾ ਲੈ। ਸਭ ਤੇਰੇ ਪੁੱਤਰ ਨੇ ਆ ਜੋ ਸਾਂਝੀ ਫੌਜ ਅਕਾਲੀ, ਦੋਵੇਂ ਆਵੀ ਮਾਵਾਂ ਤੋਂ ਤੇਰੀ ਜਗਤੇ ਸ਼ਾਨ ਨਿਰਾਲੀ, ਦੋਵੇਂ ਆਵੀ ਮਾਵਾਂ ਤੋਂ ਤੇਰੀ ਜਗਤੇ ਸ਼ਾਨ ਨਿਰਾਲੀ। ਇਹ ਵੀਡੀਓ ਕਿਸ ਸਕੂਲ ਕਿਸ ਸ਼ਹਿਰ ਦੀ ਹੈ ਅਤੇ ਇਹ ਬੱਚਾ ਕੌਣ ਹੈ ਜਾਂ ਇਸਦਾ ਨਾਮ ਕੀ ਹੈ, ਇਸ ਬਾਰੇ ਹਾਲੇ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ, ਪਰ ਬੱਚੇ ਨੂੰ ਬੜੇ ਹੀ ਠੰਡੇ ਅਤੇ ਸ਼ਰਧਾ ਭਰੇ ਮਨ ਨਾਲ ਇਸ ਸ਼ਬਦ ਦਾ ਗਾਇਨ ਕਰਦੇ ਦੇਖਿਆ ਜਾ ਸਕਦਾ ਹੈ। ਆਓ ਤੁਹਾਨੂੰ ਇੱਕ ਵਾਰ ਫਿਰ ਇਹ ਵੀਡੀਓ ਦਿਖਾਉਂਦੇ ਹਾਂ। ਦੋਵੇਂ ਆਵੀ ਮਾਵਾਂ ਤੋਂ ਤੇਰੀ ਜਗਤੇ ਸ਼ਾਨ ਨਿਰਾਲੀ, ਦੋਵੇਂ ਆਵੀ ਮਾਵਾਂ ਤੋਂ ਤੇਰੀ ਜਗਤੇ ਸ਼ਾਨ ਨਿਰਾਲੀ। ਜੰਜ ਚੜਦਾ ਲਾੜਾ ਜੋ ਸਿਰ ਤੇ ਫੱਬ ਦੇ ਖੂਬ ਦਮਾਲੇ, ਪੁੱਤ ਤੇਰੇ ਸੈਪੁਰੇ ਸੋਹਣੇ ਗੋਲ ਦਮਾਲਿਆਂ ਵਾਲੇ, ਪੁੱਤ ਤੇਰੇ ਸੈਪੁਰੇ ਸੋਹਣੇ ਗੋਲ ਦਮਾਲਿਆਂ ਵਾਲੇ। ਮਾਂ ਤੈਨੂੰ ਆਖਣਗੇ ਮਾਂ ਤੈਨੂੰ ਆਖਣਗੇ ਮਾਵਾਂ ਵਾਂਗੂ ਲਾਡ ਲਡਾ ਲੈ, ਇਹ ਖਾਨ ਹੀਰਿਆਂ ਦੀ ਗੁੰਜ ਕੇ ਹਾਰ ਗਲੇ ਵਿੱਚ ਪਾ ਲੈ, ਇਹ ਖਾਨ ਹੀਰਿਆਂ ਦੀ ਗੁੰਜ ਕੇ ਹਾਰ ਗਲੇ ਵਿੱਚ ਪਾ ਲੈ। ਸਭ ਤੇਰੇ ਪੁੱਤਰ ਨੇ ਆ ਜੋ ਸਾਂਝੀ ਫੌਜ ਅਕਾਲੀ, ਦੋਵੇਂ ਆਵੀ ਮਾਵਾਂ ਤੋਂ ਤੇਰੀ ਜਗਤੇ ਸ਼ਾਨ ਨਿਰਾਲੀ, ਦੋਵੇਂ ਆਵੀ ਮਾਵਾਂ ਤੋਂ ਤੇਰੀ ਜਗਤੇ ਸ਼ਾਨ ਨਿਰਾਲੀ। ਇਸ ਬੱਚੇ ਦੇ ਇਸ ਮਿੱਠੜੇ ਸ਼ਬਦ ਤੇ ਲੋਕਾਂ ਵੱਲੋਂ ਬੜੇ ਹੀ ਚੰਗੇ ਕਮੈਂਟ ਕੀਤੇ ਜਾ ਰਹੇ ਨੇ ਅਤੇ ਇਹ ਵੀਡੀਓ ਵੀ ਬਹੁਤ ਹੀ ਜ਼ਿਆਦਾ ਸ਼ੇਅਰ ਕੀਤੀ ਜਾ ਰਹੀ ਹੈ। ਖਾਲਸਾ ਏਡ ਮੁਖੀ ਰਵੀ ਸਿੰਘ ਨੇ ਇਸ ਵੀਡੀਓ ਦੇ ਕੈਪਸ਼ਨ ਵਿੱਚ ਪੰਜਾਬ ਦੇ ਸਕੂਲੀ ਬੱਚਿਆਂ ਤੇ ਮਾਣ ਹੋਣ ਦੀ ਗੱਲ ਆਖ ਕੇ ਵਾਹਿਗੁਰੂ 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 ਵੀ ਲਿਖਿਆ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।